ਲਿਆਓ ਜੀ ਲਿਆਓ ਜੀ ਤੇ ਆ ਕੀ ਦੋਈ ਕੱਪ ਤੇਰੀ ਕਿੱਥੇ ਚਾਹ ਮੈਂ ਤਾਂ ਪੀਣੀ ਨਹੀਂ ਆ ਮੇਰਾ ਜੀ ਜਿਆ ਨਹੀਂ ਕਰਨ ਦਿਆ ਚਾਹ ਪੀਣ ਨੂੰ ਸਵੇਰੇ ਮੈਂ ਥੋੜੀ ਜਿਹੀ ਕਰੀ ਪੀ ਲਈ ਸੀ ਬਣਾ ਕੇ ਉੱਠ ਕੇ ਉਹ ਪੀ ਲਓ ਮੈਂ ਦਿੱਲੀਓਂ ਤੁਹਾਡੇ ਵਾਸਤੇ ਸਪੈਸ਼ਲ ਕਾਜੂ ਕਤਲੀ ਲੈ ਕੇ ਆਇਆ ਹਾਂ ਤੇ ਤੁਸੀਂ ਇਹਦੇ ਪੀਣੀ ਨਹੀਂ ਆ ਰੁਕ ਜਾ ਹਾਂ ਸਾਨੂੰ ਵੇਖ ਹੀ ਲੈਣ ਦੋ ਕਿ ਪਹਿਲਾਂ ਸਪੈਸ਼ਲ ਹੈ ਕਿਦਾਂ ਦੀ ਆ ਚੱਲ ਬਰਫੀ ਦਿਖਾ ਲਓ ਮੰਨਣਾ ਪਊ ਸਵਾਦ ਆ ਬਹੁਤ ਬਹੁਤ ਸਹੀ ਗੱਲ ਆ ਬਹੁਤ ਸਵਾਦ ਆ ਹਨਾ ਨਹੀਂ ਟੇਸਟੀ ਤੇ ਉਹ ਮੰਮੀ ਨਾਲ ਨੂੰ ਦੇਤੀ ਚਾ ਚੱਲੀ ਮੈਂ ਮੰਮੀ ਨਾਲ ਚਾਹ ਬਣਾ ਇੱਧਰ ਹੀ ਆਵਾਜ਼ ਮਾਰ ਲੈਣੀ ਉਹਨਾਂ ਨੂੰ ਕਿ ਚੱਲ ਕੋਈ ਗੱਲ ਨਹੀਂ ਬੈਠੀਆਂ ਬਿਸਤਰੇ ਦੇ ਵਿੱਚ ਨਹੀਂ ਉੱਠਣ ਨੂੰ ਦਿਲ ਕਰਨ ਡਿਆ ਹੁਣ ਆ ਜੇ ਬਰਫੀ ਵਾਲੇ ਤਾਂ ਭਾਜੀ ਵੱਟ ਕੱਢ ਦਿੱਤੇ ਦਵਾ ਕੇ ਤਾਈਓ ਤੇ ਲਿਆਂਦੀ ਆ ਚਾਹ ਲੈ ਕੇ ਇੱਥੇ ਦਫਾ ਹੋ ਜਾ ਅਸੀਂ ਨਹੀਂ ਚਾਹ ਚੂਹ ਪੀਣੀ ਹੈਗੀ ਹੁਣ ਤੇਰੇ ਖਸਮ ਨੂੰ ਆਖਿਆ ਵੀ ਅਸੀਂ ਨਹੀਂ ਚਾਹ ਪੀਣੀ ਤੂੰ ਦੌੜ ਕੇ ਪਾਉਣ ਆਈ ਆ ਇਹਦੇ ਦਿਲ 'ਚ ਵਿੱਕੀ ਨੂੰ ਪਤਾ ਲੱਗੇ ਤੇ ਸਾਡੇ ਦੁਆਲੇ ਹੋਏਗਾ ਦੋਵਾਂ ਮਾਵਾਂ ਧੀਆਂ ਦੇ ਇਸ ਕਰਕੇ ਚਾਹ ਲੈ ਕੇ ਆਈ ਆ ਨਾ ਨਿਕਲ ਜਾ ਇੱਥੋਂ ਅਸੀਂ ਨਹੀਂ ਚਾਹ ਚੂਹ ਪੀਣੀ ਹੈਗੀ ਤੇਰੀ ਮੰਮੀ ਤਮਾਸ਼ਾ ਲਾਉਣਾ ਵਾ ਹੋਰ ਕੁਛ ਨਹੀਂ ਆ ਉਹਨੂੰ ਪਤਾ ਲੱਗੇ ਤੇ ਉਹ ਵੀ ਇਹਨਾਂ ਨੂੰ ਬੋਲੇ ਉਹੋ ਹੀ ਗੱਲ ਕੇ ਤੈਨੂੰ ਦੱਸ ਕੇ ਨਹੀਂ ਆਇਆ ਉੱਥੇ ਅੰਦਰ ਜਾ ਕੇ ਵੀ ਨਹੀਂ ਉਹਨਾਂ ਚਾਹ ਪੀਣੀ ਤੇ ਤੂੰ ਕਿਉਂ ਲੈ ਕੇ ਆਈ ਆ ਜਿੰਨਾ ਕੁ ਤੁਹਾਡਾ ਮਾਵਾਂ ਧੀਆਂ ਦਾ ਦਿਮਾਗ ਆ ਨਾ ਲੱਗ ਗਿਆ ਮੈਨੂੰ ਪਤਾ ਤੁਹਾਡੇ ਨਾ ਵੱਸ ਦੀ ਗੱਲ ਨਹੀਂ ਹੈਗੀ ਤੁਸੀਂ ਤੇ ਆਪ ਦੱਸਣ ਡਈ ਆ ਜੇ ਬੋਲ ਬੋਲ ਕੇ ਉੱਚੀ ਉੱਚੀ ਕਿ ਉਹਨੂੰ ਪਤਾ ਲੱਗੇ ਤੇ ਫੇਰ ਇੱਥੇ ਖਲਾਰਾ ਪਵੇ ਕੋਈ ਨਾ ਕੋਈ ਨਹੀਂ ਆ ਕਿਤੇ ਨਹੀਂ ਗੱਲ ਕੀਤੀ ਆ ਇਹ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਤੇਰਾ ਤੇ ਬਹੁਤ ਦਿਮਾਗ ਕੰਮ ਕਰਦਾ ਵਾ ਨਾ ਵਾਕੇ ਤੇਰੇ ਜ਼ਿਆਦਾ ਹੀ ਦਿਮਾਗ ਦਾ ਕੰਮ ਕਰਦਾ ਵਾ ਜਿਹਦੇ ਕਰਕੇ ਸਾਰਾ ਕਪਾਤ ਕਰਵਾਇਆ ਕੱਲ ਅੱਛਾ ਮੈਂ ਕਰਵਾਇਆ ਵਾ ਚੋਰੀਆਂ ਤੁਸੀਂ ਗਈਆਂ ਡੱਕ ਨਹੀਂ ਸਕਦੀ ਮੇਰੇ ਡੱਕਿਆਂ ਭਲਾ ਉਹ ਵੀ ਡੱਕਿਆ ਰਹਿੰਦਾ ਤੇ ਨਾਲੇ ਤੁਸੀਂ ਡੱਕੀਆਂ ਰਹਿੰਦੀਆਂ ਜੇ ਮੋੜ ਘੋੜ ਕੇ ਗੱਲ ਮੇਰੇ ਤੇ ਲੈ ਆਉਂਦੀਆਂ ਜੇ ਸਾਰੀ ਗੱਲ ਕਸੂਰ ਤੁਹਾਡਾ ਆਪਣਾ ਹੁੰਦਾ ਤੇ ਕੱਢ ਮੇਰੇ ਤੇ ਦਿੰਦੀਆਂ ਜੇ ਮੈਂ ਜਿੰਨੀ ਚੁੱਪ ਕੀਤੀ ਮੈਨੂੰ ਤੁਸੀਂ ਚੁੱਪ ਵੀ ਨਹੀਂ ਰਹਿਣ ਦਿੰਦੀਆਂ ਵੀ ਇਹ ਬੋਲਦੀ ਕਿਉਂ ਨਹੀਂ ਅੱਛਾ ਅੱਛਾ ਮੰਮੀ ਇਹ ਵਿਚਾਰੀ ਚੁੱਪ ਕੀਤੀ ਜੇ ਇਹ ਤੇ ਵਾਕਈ ਬੋਲਦੀ ਨਹੀਂ ਹੈਗੀ ਇਹ ਤੇ ਬੋਲਦੀ ਨਹੀਂ ਹੁਣ ਇੱਦਾਂ ਬੋਲਣ ਡਈਆਂ ਜੇ ਭਾਜੀ ਨੂੰ ਪਤਾ ਲੱਗਣਾ ਹੀ ਆ ਨਾ ਫੇਰ ਆਖਣਾ ਇਹਨੇ ਜਾਣ ਬੁੱਝ ਕੇ ਦੱਸਿਆ ਤੇ ਇਹਨੇ ਲੜਾਈ ਪਵਾਈ ਆ ਫੇ ਸਾਰੀ ਮੇਰੇ ਸਿਰ ਮੱਥੇ ਮਾਰ ਦੇਣੀ ਤੇਰੀ ਲੜਾਈ ਰਾਤੀ ਤੇਰੇ ਹੱਥ ਦੀ ਆਪਾਂ ਰੋਟੀ ਨਹੀਂ ਖਾਦੀ ਤੇ ਚਾਹ ਕਿਦਾਂ ਪੀਲਾਂਗੇ ਤੇ ਸਾਰੀ ਉਮਰ ਫਿਰ ਹੁਣ ਪੀਓ ਵੀ ਨਾ ਚੰਗਾ ਤੈਨੂੰ ਪੁੱਛ ਕੇ ਪੀਣੀ ਆ ਨਾ ਵੱਡੀ ਆਈ ਨਵਾਬ ਜਾਦੀ ਤੇ ਤੂੰ ਖਾਣਾ ਹੈ ਹਾਂ ਖਾਣਾ ਨਹੀਂ ਤੂੰ ਕਰਿਆ ਮੈਨੂੰ ਤਾਂ ਤੂੰ ਵੇਖ ਨਹੀਂ ਸਕਾਉਂਦੀ ਤੇ ਮੇਰੀ ਕੁੜੀ ਦੇ ਨਾਲ ਲਾਗੇ ਬੜਾ ਲੱਗਦੀ ਆ ਮੇਰੀ ਕੁੜੀ ਤੋਂ ਨਾ ਦੂਰ ਹੀ ਰਿਹਾ ਕਰ ਠੀਕ ਆ ਨਾ ਦਿਮਾਗ ਹੀ ਖਰਾਬ ਹੋ ਗਿਆ ਇਹ ਕੁੜੀ ਦਾ ਸੱਚੀ ਇਹਦਾ ਦਿਮਾਗ ਹੀ ਨਹੀਂ ਹੈਗਾ ਇਹਨੂੰ ਸਮਝ ਹੀ ਨਹੀਂ ਲੱਗਦੀ ਹੈ ਕੀ ਬੋਲਣ ਦੀ ਕੀ ਕਰਨ ਡਈ ਆ ਜਿੰਨੀ ਕੁ ਇਹਨੂੰ ਅਕਲ ਆ ਨਾ ਐਵੇਂ ਤਾਂ ਨਹੀਂ ਛਿੱਤਰ ਖਾਂਦੀ ਤੀਜੇ ਦਿਨ ਰੌਲਾ ਪਵਾਉਂਦੀ ਇੰਨਾ ਚੰਗਾ ਇਹਨੂੰ ਬੰਦਾ ਮਿਲਿਆ ਆ ਪਰ ਫਿਰ ਵੀ ਇਹਨੂੰ ਭੱਲ ਨਹੀਂ ਪਚਣ ਡਈ ਰੱਬ ਦਾ ਦਿੱਤਾ ਸਾਰਾ ਕੁਛ ਆ ਪਰ ਇਹਨੂੰ ਖਾਣਾ ਬਹਿਣਾ ਨਹੀਂ ਆਉਣ ਡਿਆ ਹੈਗਾ ਚੱਜ ਦੇ ਨਾਲ ਕਿੱਦਾਂ ਬੋਲ ਜਾਂਦੀ ਆ ਇਹਨੂੰ ਮਾਸਾ ਡਰ ਨਹੀਂ ਲੱਗਦਾ ਕਿ ਜੇ ਕਿਤੇ ਉਹਨੂੰ ਪਤਾ ਲੱਗ ਜਾਵੇ ਤੇ ਹੁਣ ਇੱਥੇ ਮੇਰੀ ਬੇਇੱਜ਼ਤੀ ਹੋ ਜਾਣੀ ਆ ਇਹਦੇ ਵੀ ਵੱਸ ਦੀ ਗੱਲ ਨਹੀਂ ਆ ਕਈਆਂ ਦੇ ਕਰਮਾਂ 'ਚ ਸਤਾ ਹੀ ਹੁੰਦਾ ਆ ਦਿਮਾਗ 'ਤੇ ਇਹਨਾਂ 'ਤੇ ਉਹੀ ਪੜਦਾ ਪੈ ਗਿਆ ਮਾਵਾਂ ਧੀਆਂ ਦੇ ਖਾਣਾ ਡਾਉਣਾ ਨਹੀਂ ਆਉਣ ਡਿਆ ਇਹਨਾਂ ਨੂੰ ਚੱਲ ਨੀ ਇੱਧਰ ਆ ਮਹਾਂ ਜੇ ਤੈਨੂੰ ਬਹੁਤਾ ਪਿਆਰ ਚੜਿਆ ਰਹਿੰਦਾ ਖਬਰਦਾਰ ਜੇ ਤੂੰ ਉਹਦੇ ਲੱਗ ਗਈ ਨਾ ਵੇਖੀ ਤਾਂ ਮੈਂ ਲੱਤਾਂ ਤੋੜ ਦੇਣੀਆਂ ਵਾ ਠੀਕ ਆ ਮਾਂ ਤੇਰੀ ਮੈਂ ਆ ਉਹਦੇ ਲਾਗੇ ਮਹਾਂ ਜੇ ਚੰਬੜੀ ਰਹਿੰਦੀ ਹਰ ਵੇਲੇ ਮੈਮੀ ਚੱਲ ਚੱਲੀ ਆਪਾਂ ਆਪਣੇ ਘਰ ਆਪਾਂ ਇੱਥੇ ਆਇਆ ਹੀ ਨਹੀਂ ਕਰਨਾ ਜਿੱਥੇ ਮੇਰੀ ਕਦਰ ਨਹੀਂ ਹੈਗੀ ਉੱਥੇ ਆ ਕੇ ਕੀ ਕਰਨਾ ਸਵੇਰੇ ਸਵੇਰੇ ਸਿਰ ਵਗਣ ਡੈ ਪਿਆ ਇਹਦਾ ਆਹੋ ਮੈਂ ਕਿਹਾ ਚੱਲੀਏ ਦੋ ਦਿਨ ਹੋ ਗਏ ਆਇਆ ਨੂੰ ਹੁਣ ਚੱਲ ਬਾਅਦ 'ਚ ਵਾਲੀ ਇੱਧਰ ਆ ਪੁੱਤ ਉਰੇ ਆ ਵੇਖੀ ਮੈਂ ਤੇਰੇ ਵਾਸਤੇ ਕੀ ਲੈ ਕੇ ਆਇਆ ਹੈ ਆਪਣੇ ਸੋਹਣੇ ਪੁੱਤ ਵਾਸਤੇ ਆ ਵੇਖੀਏ ਕੀ ਵੇਖਣਾ ਹੈ ਚਲੋ ਆ ਜਾਓ ਹਾਏ ਹਾਏ ਕੀ ਲੈ ਆਏ ਹੁਣੇ ਆ ਕੋਈ ਲੈ ਆਇਆ ਹੋਗਾ ਜਿਹੜਾ ਦਿੱਤ ਗਿਆ ਹੈ ਦਿੱਲੀ
ਇੱਥੇ ਬਹੁ ਇੱਥੇ ਬਹੁ ਤੁਹਾਨੂੰ ਦਿਖਾਉਣ ਕੀ ਲੈ ਕੇ ਆ ਆ ਫਰਾਕ ਲੈ ਕੇ ਆਇਆ ਮੈਂ ਇਹਦੇ ਵਾਸਤੇ ਮੈਨੂੰ ਬੜੀ ਸੋਹਣੀ ਲੱਗੀ ਸੋਹਣੀ ਆ ਮੇਹਰ ਸੋਹਣੀ ਆ ਕਿੰਨੀ ਪਾਣੀ ਆ ਆ ਜੂਗੀ ਮੈਂ ਲੈ ਕੇ ਆ ਜਾਣੀ ਆ ਜਾਣੀ ਖਲਾਰਾ ਚੱਲ ਇੱਥੇ ਖਲੋ ਪੁੱਤ ਹਾਂ ਆਈ ਜਾਣੀ ਹਨਾ ਪੂਰੀ ਮੇਚੇ ਦੀ ਆ ਚਲੋ ਆ ਵੇਖ ਲਓ ਠੀਕ ਆ ਸੋਹਣੀ ਆ ਇੱਕ ਚੀਜ਼ ਹੋਰ ਲੈ ਕੇ ਮੈਂ ਓ ਵਾਹ ਸੂਜ਼ ਹਾਂ ਦਿਖਾ ਉਧਰ ਦਿਖਾਓ ਪਤਾ ਆਪਣੀ ਨਾਨੀ ਮੰਮਾ ਨੂੰ ਵਾਹ ਥੈਂਕ ਯੂ ਕਰ ਦੋ ਚੱਲ ਆ ਤੇਰੀ ਮੰਮਾ ਵਾਸਤੇ ਆ ਤੇਰੀ ਮੰਮਾ ਵਾਸਤੇ ਮੰਮਾ ਵਾਸਤੇ ਮੰਮਾ ਨੂੰ ਦੇ ਦੋ ਇੱਧਰ ਦੇ ਉਧਰ ਦੇ ਦੋ ਮੰਮਾ ਨੂੰ ਆ ਤੇਰੇ ਲਈ ਲਿਆਂਦੇ ਮੈਨੂੰ ਵਧੀਆ ਲੱਗੇ ਸੋਹਣੇ ਠੀਕ ਆ ਸੋਹਣੇ ਕੀ ਗੱਲ ਆ ਉਹਨੇ ਖੁਸ਼ੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਨਹੀਂ ਉਹਦੇ ਬਸ ਸਿਰ ਦੁਖਣ ਡਿਆ ਤਾਂ ਕਰਕੇ ਤੇ ਗੋਲੀ ਖਾਣੀ ਸੀ ਗੋਲੀ ਗਾਲੀ ਖਾਦੀ ਨਹੀਂ ਕੋਈ ਗੱਲ ਨਹੀਂ ਆਪੇ ਆ ਜਾਣਾ ਹੋ ਜਾਣਾ ਫਰਕ ਪੈਣਾ ਚਲੋ ਚੱਲ ਆ ਚੱਲ ਕਦੋਂ ਕੁ ਜਾਣਾ ਫਿਰ ਆਪਾਂ ਚਲੋ ਚਲੀ ਮੈਂ ਤੇ ਲੱਗੀ ਸੀ ਇਹਨੂੰ ਤਿਆਰ ਕਰਨ ਚਲੀ ਫਿਰ ਲੈ ਫੜ ਫੇ ਕਰ ਲੈ ਇਹਨੂੰ ਤਿਆਰ ਫਿਰ ਚੱਲਦੇ ਚੱਲ ਪੁੱਤ ਜਾ ਮੰਮਾ ਕੋ ਉੱਥੇ ਚਲਾ ਦੇ ਰਹੀ ਘਰ ਚਲੀ ਗਈ ਨਾਲੇ ਸਿਰ ਵਾ ਲੈ ਲੈ ਜਾ ਸੂਜ ਪਾਓ ਨਵੇਂ ਨਾਲੇ ਸਿਰ ਵਾਈਏ ਚਲੀਏ ਆਪਣੇ ਪਿੰਡ ਚਲੀਏ ਆਪਣੇ ਘਰ ਚਲੀਏ ਸੱਚ ਇੱਕ ਸਮਾਨ ਹੋਰ ਲਿਆਂਦਾ ਸੀ ਉਹ ਗੱਡੀ 'ਚ ਰਹਿ ਗਿਆ ਕਿਹੜਾ ਲਿਆਉਣਾ ਆਈਏ ਜਾਣ ਲੱਗਿਆ ਪਾ ਕੇ ਜਾਂਦੇ ਹਾਂ ਮੈਂ ਉੱਥੇ ਉਤਰਿਆ ਸੀਗਾ ਬਰਗਰ ਬੁਰਗਰ ਖਾਣ ਉਹਦੇ ਸਾਹਮਣੇ ਚੂੜੀਆਂ ਡਏ ਸੀ ਬੜੇ ਜਾਣੇ ਖਰੀਦਣ ਤੇ ਮੈਨੂੰ ਵਧੀਆ ਲੱਗੀਆਂ ਮੈਂ ਕਿਹਾ ਚੱਲ ਮੈਂ ਵੀ ਖਰੀਦ ਕੇ ਲੈ ਜਾਂਦਾ ਆਹ ਦਰਜਨ ਤੇਰੇ ਵਾਸਤੇ ਲਿਆਂਦੀ ਆਹ ਇੱਕ ਦਰਜਨ ਆਪਣੀ ਭਾਬੀ ਨੇ ਦੀ ਮੈਂ ਚੱਲ ਉਹਨਾਂ ਵਾਸਤੇ ਲੈ ਜਾਂਦਾ ਹੁਣ ਮੈਨੂੰ ਨਹੀਂ ਪਤਾ ਉਹਨਾਂ ਦਾ ਸੌਂਗ ਹੈਗਾ ਪਾਉਂਦਾ ਕਿ ਨਹੀਂ ਪਾਉਂਦਾ ਬਾਕੀ ਪੁੱਛ ਲਈ ਤੂੰ ਹੈ ਚੰਗਾ ਤਾਂ ਕਰ ਲੈ ਫਿਰ ਇਹਨੂੰ ਤਿਆਰ ਫਿਰ ਚੱਲੀਏ ਠੀਕ ਆ ਉਹਦੇ ਲਈ ਵੀ ਵੇਖ ਲਓ ਲੈ ਆ ਚੂੜੀਆਂ ਮੈਂ ਸੁੱਟ ਦਊਂਗੀ ਪਰ ਉਹਨੂੰ ਨਹੀਂ ਮੈਂ ਪਾਉਣ ਨੂੰ ਦਿੰਦੀ ਹੈ ਸੁੱਟਣੀਆਂ ਕਿਉਂ ਆ ਤੂੰ ਲੈ ਜੀ ਤੂੰ ਆਪਣੇ ਨਾਲ ਹੀ ਪਹਿਲੀਆਂ ਟੁੱਟ ਜਾਣਗੀਆਂ ਤੇ ਦੂਜੀਆਂ ਪਾ ਲਵੀਂ ਜੇ ਮੈਂ ਨਾਲ ਲੈ ਗਈ ਨਾ ਉਹਨੂੰ ਭੜਪੂੰਜੇ ਨੂੰ ਪਤਾ ਲੱਗ ਜਾਣਾ ਉਹਨੇ ਕਹਿਣਾ ਦਿੱਤੀਆਂ ਤੇ ਮੈਂ ਤੈਨੂੰ ਥੋੜੀਆਂ ਜੀਆਂ ਲਿਆ ਕੇ ਸੀ ਆ ਇੰਨੀਆਂ ਚੂੜੀਆਂ ਕਿੱਥੋਂ ਆ ਗਈਆਂ ਇਹ ਕਰਕੇ ਮੈਂ ਨਾਲ ਨਹੀਂ ਖੜਦੀਆਂ ਹੈਗੀਆਂ ਇੱਥੇ ਕੂੜੇ 'ਚ ਸੁੱਟ ਕੇ ਜਾਊਂਗੀ ਬੰਦਿਆਂ ਨੂੰ ਕਿੱਥੇ ਇਹੋ ਜਿਹੀਆਂ ਗੱਲਾਂ ਦਾ ਪਤਾ ਲੱਗਦਾ ਵਾ ਮੰਮੀ ਉਹ ਬੜਾ ਚਲਾਕ ਜੇ ਉਹਨੂੰ ਕਿਤੇ ਭੋਲਾ ਨਾ ਸਮਝਿਓ ਉਹ ਦੇਖਦਾ ਹੀ ਹੋਰ ਹਿਸਾਬ ਦਾ ਵਾ ਪਰ ਹੈ ਬੜਾ ਚਲਾਕ ਜੇ ਚੱਲ ਕਰਦੀ ਜਿੱਦਾਂ ਕਰਨਾ ਤਾਰੇ ਗਿਣਦਾ ਗਾ ਦਿਨੇ ਹੀ ਤਾਰੇ ਗਿਣਦਾ ਵਾ ਇੰਨਾ ਉਹ ਕਿਤੇ ਤੇਜ਼ ਆ ਚੱਲ ਤੂੰ ਤੇ ਪਾ ਤਿਉਹਾਰ ਚੱਲਣ ਡਿਆ ਚੂੜੀਆਂ ਵਾਲੇ ਦਿਨ ਦਾ ਵਰਤਿਆ ਨਾਲੇ ਅੱਜ ਤੇ ਤੂੰ ਕਿਉਂ ਸੁਣ ਡਈ ਸਹਿਜ ਨਾ ਪਾ ਤੂੜੀ ਨਾ ਤੈਨੂੰ ਵੀ ਆ ਗਈਆਂ ਨੇ ਲੈ ਮੈਂ ਪਾ ਦਾ ਮੰਮਾ ਨੂੰ ਦੇ ਦੇ ਪਾ ਲੈ ਵੇਖਿਆ ਕਿੰਨੀ ਤੇਜ਼ ਜੇ ਕੁੜੀ ਗਿਰੀ ਆ ਗਾ ਕੇ ਗੱਲਾਂ ਕਰਦੀ ਆ ਮੈਂ ਤਾਂ ਥੋੜ੍ਹੀ ਕਿਤੇ ਇਹਦੇ ਲਾਗੇ ਗੱਲ ਵੀ ਨਹੀਂ ਕਰਦੀ ਹੈਗੀ ਇਹ ਤਾਂ ਹਰੇਕ ਗੱਲ ਆਪਣੇ ਪਿਓ ਨੂੰ ਦੱਸਦੀ ਆ ਦੱਸ ਨਹੀਂ ਆ ਤੂੰ ਗੱਲ ਤੂੰ ਦੱਸ ਨਹੀਂ ਆਪਣੇ ਪਿਓ ਨੂੰ ਗੱਲ ਉਹ ਤਾਂ ਕਹਿੰਦੀ ਨਹੀਂ ਹੁਣ ਹੀ ਕਹਿੰਦੀ ਨਾ ਨਹੀਂ ਉੱਥੇ ਜਾ ਕੇ ਇਹਨੇ ਸਾਰੀਆਂ ਗੱਲਾਂ ਦੱਸਣੀਆਂ ਕਿ ਇੱਦਾਂ ਇੱਦਾਂ ਇਹ ਗੱਲਾਂ ਕਰਦੀਆਂ ਸੀ ਉਹ ਵੀ ਐਡਾ ਚਲਾਕ ਆ ਨਾ ਇਹਨੂੰ ਸਾਈਡ ਉਹ ਸਾਈਡ ਜਿਹਦੇ ਕਰਕੇ ਨਾ ਸਾਰੀਆਂ ਗੱਲਾਂ ਪੁੱਛੂਗਾ ਕਿ ਤੇਰੀ ਨਾਨੀ ਤੈਨੂੰ ਕੀ ਕਹਿੰਦੀ ਸੀ ਤੈਨੂੰ ਕਿੰਨੇ ਪੈਸੇ ਦਿੱਤੇ ਵੀ ਕਿੱਦਾਂ ਵੇਖਣ ਦੇ ਵੇਖਿਆ ਆ ਵੇਖਿਓ ਸੋਹਣੀਆਂ ਲੱਗੀਆਂ ਕਿੰਨੀ ਸੋਹਣੀਆਂ ਲੱਗੀਆਂ ਮੈਮੀ ਹਾਂਜੀ ਤੂੰ ਪਾਪਾ ਨੂੰ ਸਾਰੀਆਂ ਗੱਲਾਂ ਦੱਸਣੀਆਂ ਜਾ ਕੇ ਗੱਲਾਂ ਦੱਸਣੀਆਂ ਦੱਸਣੀਆਂ ਗੱਲਾਂ ਇਹ ਨਾ ਹੋਵੇ ਕਿ ਜੇ ਮੈਂ ਚੂੜੀਆਂ ਦੇ ਵਿੱਚ ਸੁੱਟ ਦਿੱਤੀਆਂ ਨਾ ਉਹਨੇ ਉਹ ਤਾਂ ਵੇਖ ਵੀ ਲਿਆ ਕਿ ਮੈਂ ਹੱਥ 'ਚ ਕੁਛ ਫੜਿਆ ਵਾ ਬੜੀ ਚਲਾਕ ਉਹ ਵੀ ਇਹਨੂੰ ਪਤਾ ਲੱਗ ਜਾਣਾ ਰਹਿਣ ਦੇ ਮਣਾ ਚੁੱਪ ਕਰਕੇ ਪਰਸ 'ਚ ਪਾ ਕੇ ਲੈ ਜਾ ਜੇ ਵਿੱਕੀ ਪੁੱਛੂਗਾ ਵੀ ਇਹੀ ਕਹਿ ਦੂੰਗੀ ਕਿ ਮੈਨੂੰ ਚੇਤਾ ਭੁੱਲ ਗਿਆ ਦੇਣ ਦਾ ਇੱਦਾਂ ਹੀ ਕਰਦੀ ਆ ਹਾਂਜੀ ਕੀ ਬਣ ਗਿਆ ਉਹ ਬਣਨਾ ਕੀ ਆ ਇਹਦਾ ਵੀ ਆ ਪੁੰਡਾ ਜਿਹਾ ਨਿਕਲਿਆ ਵਾ ਇਹਦੀ ਵੀ ਅੱਗੋਂ ਅਪਲਾਈ ਜੀ ਟੁੱਟ ਗਈ ਆ ਅਤੇ ਮੈਂ ਆਖਣ ਡਿਆ ਸੀ ਵੀ ਇਹਨਾਂ ਨੂੰ ਸੈੱਟ ਕਰ ਹੀ ਦੇਵਾਂ ਇਹਨੂੰ ਖੋਲ੍ਹਣਾ ਬੜਾ ਔਖਾ ਇੱਧਰ ਸਾਈਡ 'ਤੇ ਉਂਗਲਾਂ ਪਾ ਕੇ ਖੋਲ੍ਹਣਾ ਪੈਂਦਾ ਵਾ ਉਹ ਇਹਨੂੰ ਛੱਡੋ ਪਹਿਲਾਂ ਮੈਨੂੰ ਇਹ ਦੱਸੋ
ਤੁਹਾਡੀ ਭੈਣ ਨੂੰ ਕੀ ਹੋਇਆ ਵਾ? ਕੀ ਹੋਇਆ ਉਹਨੂੰ? ਜਿਹੋ ਜਿਹੀ ਮਾਂ ਨੂੰ ਛੱਡ ਕੇ ਗਿਆ ਸੀ ਉਦਣ ਤਾਂ ਉਹਦੇ ਮੂੰਹ 'ਤੇ ਹੋਰ ਹੀ ਰੌਣਕ ਸੀ, ਅੱਜ ਉਹਦੇ ਚਿਹਰੇ 'ਤੇ ਉਹ ਵਾਲੀ ਰੌਣਕ ਹੀ ਹੈਨੀ ਆ। ਉਹ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਉਦਣ ਉਹਨੂੰ ਫਿਰ ਪੇਕੇ ਆਉਣ ਦਾ ਚਾਅ ਹੋਣਾ ਨਾ, ਹੁਣ ਤੁਹਾਨੂੰ ਵੇਖ ਲੈਣ ਪਤਾ ਵਾ ਵੀ ਜਾਣਾ ਵਾ ਇਸ ਕਰਕੇ। ਨਹੀਂ ਨਹੀਂ ਗੱਲ ਕੋਈ ਨਾ ਕੋਈ ਹੈਗੀ ਆ, ਵੱਖਰੀ ਗੱਲ ਨਹੀਂ ਦੱਸਣੀ ਨਾ ਦੱਸੋ, ਪਰ ਮੈਂ ਪਕਾ ਲੈਣਾ ਉਹਨੂੰ। ਹੁਣ ਮੈਨੂੰ ਸਾਰੇ ਤਰੀਕੇ ਆ ਗਏ ਆ ਕਿ ਕਿੱਦਾਂ ਪਕਾਉਣਾ ਉਹਨੂੰ, ਉਹਨੇ ਆਪੇ ਦੱਸ ਦੇਣਾ ਜੋ ਕੁਛ ਵੀ ਹੋਇਆ ਹੋਇਆ। ਸਹੀ ਗੱਲ ਆ ਤੁਹਾਡੀ ਭਾਅ ਜੀ, ਬੰਦਾ ਜਿੱਥੇ ਰਹਿੰਦਾ ਵਾ ਨਾ, ਜਿਹੜਾ ਉਹਦੇ ਨਾਲ ਦੇ ਹੁੰਦੇ ਆ ਉਹ ਮੁੜ ਕੇ ਉਹਦੀਆਂ ਅੱਖਾਂ ਪਛਾਣਨ ਲੱਗ ਪੈਂਦੇ ਆ। ਵਾਕਿਆ ਗੱਲ ਤਾਂ ਹੋਈ ਆ, ਮੰਮੀ ਦਾ ਕਿਤੇ ਜੀ ਕਰਦਾ ਸੀ ਨਾਨੀ ਨੂੰ ਮਿਲਣ ਨੂੰ, ਅਤੇ ਬਿਨਾਂ ਦੱਸੇ ਦੋਵੇਂ ਮਾਵਾਂ ਧੀਆਂ ਉੱਥੇ ਚੱਲ ਗਈਆਂ ਹੀ, ਤਾਂ ਉੱਥੇ ਜਾਂਦਿਆਂ ਨੂੰ ਮਾਮਾ ਮਾਮੀ ਘਰ ਨਹੀਂ ਹੈਗੇ, ਅਤੇ ਪਤਾ ਨਹੀਂ ਨਾਨੀ ਦੇ ਨਾਲ ਕੀ ਗੱਲਾਂ ਕਰ ਆਈਆਂ ਕੀ ਨਹੀਂ ਕਰ ਆਈਆਂ, ਅਤੇ ਮਾਮੀ ਦੇ ਅੱਗ ਬਬੂਲਾ ਹੋਈ ਫਿਰਨ ਡਈ, ਮੈਨੂੰ ਫੋਨ ਲਾ ਤਾ ਇੱਥੇ ਮਰ ਜਾਣਾ ਜੇ ਵੋ ਪਤਾ ਨਹੀਂ ਭਰਾਵਾ ਕੀ ਕੁਛ, ਅਤੇ ਉਹ ਮੁੜ ਕੇ ਘਰ ਆਈਆਂ ਤਾਂ ਇੱਥੇ ਫਿਰ ਮੇਰੇ ਨਾਲ ਠਹਿ ਠਹੀਆ ਹੋ ਗਿਆ, ਮੈਂ ਵੀ ਫਿਰ ਵਾਹਵਾ ਸੁਣਾ ਦਿੱਤੀਆਂ, ਇਸ ਕਰਕੇ ਹੁਣ ਮੂੰਹ ਵਿਗਾੜੀ ਫਿਰਨ ਡਈਆਂ ਦੋਵੇਂ ਮਾਵਾਂ ਧੀਆਂ ਮੇਰੇ ਨਾਲ। ਉਹੋ ਹੀ ਨਾ, ਮੈਂ ਤਾਂ ਕਿਹਾ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਆ, ਅੱਗੇ ਤਾਂ ਇੱਥੇ ਆਵੇ ਜਿੱਥੋਂ ਜਾਣ ਦਾ ਨਾਂ ਨਹੀਂ ਰਹਿੰਦੀ, ਅੱਜ ਆਪਣੇ ਮੂੰਹੋਂ ਕਹਿਣ ਡੀ ਹੈ ਕਿ ਚਲੋ ਚੱਲੀਏ, ਵੇਖ ਲਾ ਉੱਥੇ ਗਈਆਂ ਉੱਥੇ ਫਸਾਦ ਪਾ ਤਾ, ਇੱਥੇ ਆਈਆਂ ਫਿਰ ਇੱਥੇ ਵੀ ਫਸਾਦ ਪਿਆ ਹੋਊਗਾ, ਇਹ ਤਾਂ ਜਿੱਧਰੋਂ ਦੀ ਲੰਘ ਜਾਂਦੀ ਹੈ ਨਾ ਪ੍ਰੀਤ, ਪੱਕੀ ਗੱਲ ਆ ਫਸਾਦ ਪੈਣਾ ਹੀ ਪੈਣਾ, ਇਹਦਾ ਇਹ ਹਿਸਾਬ ਕਿਤਾਬ ਹੋ ਗਿਆ। ਪਰ ਚੰਗੀ ਆਦਤ ਨਹੀਂ ਨਾ ਇਹ, ਕਿਸੇ ਦਿਨ ਨੂੰ ਤਾਂ ਨਾ ਹੀ ਵੱਜਣ ਡਿਆ ਪਾਉਣਾ, ਲੋਕਾਂ ਨੇ ਸੱਦਿਆ ਨਹੀਂ ਕਰਨਾ ਘਰ ਕਿਤੇ, ਉਹ ਤਾਂ ਫਿਰ ਹੈ ਹੀ ਆ ਆਪਣਾ ਰਿਕਾਰਡ ਆਪ ਖਰਾਬ ਕਰਨਾ। ਬਥੇਰਾ ਸਮਝਾਉਂਦਾ ਵਾ, ਹੁਣ ਵੇ ਉੱਥੇ ਜਾਣ ਤੋਂ ਪਹਿਲਾਂ ਮੈਂ ਇਹਨੂੰ ਇਹ ਗੱਲ ਸਮਝਾਈ ਕਿ ਚੱਲ ਤੇਰਾ ਜੇ ਦਿਲ ਕਰਦਾ ਉੱਥੇ ਜਾਣ ਨੂੰ ਤੂੰ ਮੈਨੂੰ ਦੱਸ ਦਿਆ ਕਰ, ਇੱਥੇ ਛੱਡ ਕੇ ਵੀ ਗਿਆ ਵਾ ਹੁਣ ਦੋ ਦਿਨ ਰਹਿ ਲਿਆ ਵਧੀਆ ਹੈ, ਪਰ ਜੇ ਇਹੋ ਜਿਹੇ ਕੰਮ ਕਰਨੇ ਆ ਤਾਂ ਫਿਰ ਮੈਂ ਗਾਂਹ ਤੋਂ ਆਉਣ ਦਊਂਗਾ ਇੱਥੇ, ਤੁਸੀਂ ਆਪ ਹੀ ਸੋਚੋ। ਇਹੋ ਹੀ ਤਾਂ ਗੱਲਾਂ ਮੇਰੇ ਨਾਲ ਹੋਈਆਂ, ਕੀ ਦੱਸਾਂ ਤੁਹਾਨੂੰ ਭਾਅ ਜੀ, ਬਹੁਤ ਕੁਛ ਹੋਇਆ ਇੱਥੇ, ਹੁਣ ਤਾਂ ਕਹਿੰਦੇ ਹੁੰਦੇ ਵੀ ਚੱਕੜ ਦੇ ਰੋੜਾ ਮਾਰਾਂਗੇ ਤਾਂ ਆਪਣੇ 'ਤੇ ਹੀ ਪੈਣਾ। ਕੋਈ ਹਾਲ ਨਹੀਂ ਹੈਗਾ ਇਹਦਾ, ਉੱਥੇ ਗਈ ਕੋ ਕਰਦੀ ਰਹਿੰਦੀ ਆ, ਇੱਥੇ ਆਈ ਇੱਥੇ ਕੋਈ ਨਾ ਕੋਈ ਨਵਾਂ ਪੰਗਾ ਸਹੇੜ। ਕੋਈ ਉਹੀ ਗੱਲ ਮੈਂ ਆਖੀ ਨਾ, ਮੈਂ ਤੂੰ ਆਪਣੇ ਘਰੋਂ ਨਿਕਲੀ ਹਾਂ ਉੱਥੇ ਲੜਾਈ ਪਾ ਦਿੰਦੀ ਹਾਂ, ਇਹ ਘਰ ਆਈ ਇੱਥੇ ਪਾਈ ਆ, ਜੇ ਨਾਨਕੇ ਗਈ ਹਾਂ ਤਾਂ ਉੱਥੇ ਪਾਈ, ਬੜਾ ਗੁੱਸਾ ਕੀਤਾ ਇਸ ਗੱਲ ਦਾ ਹੁਣ ਦੋਵਾਂ ਮਾਵਾਂ ਧੀਆਂ ਨੇ। ਪਤਾ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਮਿਲਣ ਵਰਤਣ ਜੋਗੇ ਸਾਨੂੰ ਛੱਡਣਾ ਕਿ ਨਹੀਂ ਛੱਡਣਾ, ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ, ਅਜੇ ਤਾਂ ਮੈਂ ਸੀਰੀਅਸ ਨਹੀਂ ਲੈਂਦਾ ਇਹਦੀਆਂ ਗੱਲਾਂ ਨੂੰ, ਮੈਂ ਸਮਝਦਾ ਵਾ ਚੱਲ ਉਹੋ ਜਿਹੀ ਆ ਪਗਲੋ ਵਾ ਕੋਈ ਗੱਲ ਨਹੀਂ ਕਰਨ ਡੀ ਆ ਜੋ ਕਰ ਲੈਣ ਦੇ, ਪਰ ਜਿੱਦਣ ਮੈਂ ਸੀਰੀਅਸ ਲੈਣ ਡਿਆ ਪਿਆ ਫਿਰ ਗੱਲ ਵਧਣੀ ਆ ਘਟਣੀ। ਆਹੋ ਬਿਲਕੁਲ, ਇਹ ਤਾਂ ਗੱਲ ਹੈ ਹੀ ਆ, ਲੋਕ ਮੁੜ ਕੇ ਕੀ ਕਰਨ ਡਿਆ ਪੈਂਦੇ ਨੇ, ਜਵਾਈਆਂ ਨੂੰ ਮਾੜਾ ਚੰਗਾ ਕਹਿਣ ਡਿਆ ਪੈਂਦੇ ਨੇ ਕਿ ਸਾਡੀ ਕੁੜੀ ਦੇ ਉੱਤੇ ਹੱਥ ਚੁੱਕਿਆ ਵਾ, ਸਾਡੀ ਔਰਤ ਨੂੰ ਔਰਤ ਨਹੀਂ ਸਮਝਿਆ ਜਾਂਦਾ, ਪਰ ਉਹਦਾ ਦੂਜਾ ਪਹਿਲੂ ਨਹੀਂ ਕਿਸੇ ਨੇ ਵੀ ਵੇਖਣਾ ਕਿ ਔਰਤ ਕੀ ਕਰਨ ਡਈ ਆ। ਕਈ ਵਾਰ ਕੀ ਕਰਦੀਆਂ ਨੇ ਕੁੜੀਆਂ ਕਿ ਸਿਰਫ ਔਰਤ ਹੋਣ ਦਾ ਨਜਾਇਜ਼ ਫਾਇਦਾ ਚੁੱਕਦੀਆਂ ਨੇ ਕਿ ਕਾਨੂੰਨ ਨੇ ਸਾਡੀ ਗੱਲ ਹੀ ਕਰਨੀ ਆ, ਪਰ ਚਲੋ ਕੋਈ ਗੱਲ ਨਹੀਂ, ਜੇ ਉੱਦਾਂ ਦੀਆਂ ਕੁੜੀਆਂ ਹੈਗੀਆਂ ਨੇ ਨਾ ਤਾਂ ਸਾਡੇ ਵਰਗੇ ਭੈਣ ਭਰਾ ਵੀ ਹੈਗੇ ਆ, ਹੁਣ ਸਾਨੂੰ ਤਾਂ ਪਤਾ ਹੀ ਆ ਕਿ ਸਾਡੀ ਕੁੜੀ ਕੀ ਕੁਛ ਕਰਨ ਡਈ ਆ, ਕੱਲ੍ਹ ਨੂੰ ਕੋਈ ਗੱਲਬਾਤ ਕਰਦੀ ਆ ਅਸੀਂ ਕੋਈ ਮੂਰਖ ਥੋੜ੍ਹਾ ਵਾ ਕਿ ਰੜੇ ਚੁੱਕ ਕੇ ਤੁਹਾਡੇ ਉੱਤੇ ਇਲਜ਼ਾਮ ਲਾ ਦਾਂਗੇ। ਬਹੁਤ ਗੱਲ ਵਾਕਿਆ ਤੁਹਾਡੀ ਸਹੀ ਆ, ਹੁਣ ਮੈਂ ਇੱਦਾਂ ਕਰਾਂ ਇਹਨੂੰ ਲੈ ਕੇ ਤਾਂ ਨਿਕਲਣ ਵਾਲੀ ਗੱਲ ਕਰਾਂ, ਇਹ ਨਾ ਹੋਵੇ ਇੱਥੇ ਫਿਰ ਕੋਈ ਨਾ ਕੋਈ ਫਸਾਦ ਖੜਾ ਕੀਤਾ ਹੋਵੇ। ਚਲੋ ਮੈਂ ਕੀ ਕਹਿ ਸਕਦਾ, ਮੇਰੇ ਨਾਲ ਤਾਂ ਉਹਨੇ ਬੜਾ ਕੁਛ ਕੀਤਾ ਭਰਾਵਾ। ਚੱਲ ਕੋਈ ਗੱਲ ਨਹੀਂ, ਤੁਹਾਡੀ ਭੈਣ ਆ, ਭੈਣ ਭਰਾ ਜੇ ਤੁਸੀਂ, ਭੈਣ ਭਰਾਵਾਂ 'ਚ ਬਥੇਰਾ ਕੁਛ ਹੁੰਦਾ ਰਹਿੰਦਾ ਆ, ਠੀਕ ਆ। ਪਰ ਬਥੇਰਾ ਕੁਛ ਨਹੀਂ, ਇੱਥੇ ਬਹੁਤ ਕੁਛ ਹੋਇਆ, ਜੇ ਹੁਣ ਮੈਂ ਤੁਹਾਨੂੰ ਦੱਸਾਂ ਨਾ ਤਾਂ ਤੁਸੀਂ ਰੱਖਣਾ ਵੀ ਕੀ ਆ ਯਾਰ। ਮੈਂ ਤਾਂ ਹੀ ਇਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ, ਛੱਡੋ ਪਰੇ। ਚੰਗਾ ਮੰਮੀ, ਸਤਿ ਸ਼੍ਰੀ ਅਕਾਲ। ਬੁਲਾਉਂਦਾ ਮੰਮੀ, ਸਤਿ ਸ਼੍ਰੀ ਅਕਾਲ, ਕਿਆ ਫੇਰ ਆਵਾਂਗੇ। ਬਾਏ ਬਾਏ। ਕਾਲੀਆਂ ਚੂੜੀਆਂ ਬੜੀਆਂ ਸੋਹਣੀਆਂ ਲੱਗਣ ਡੀਆਂ, ਚੱਲੀਏ ਫਿਰ। ਪਾਜੀ ਉਹ ਤੁਹਾਡਾ ਬਟੂਆ ਰਹਿ ਗਿਆ ਸੀ, ਚੇਤਾ ਭੁੱਲ ਗਿਆ ਤੇ ਕਹਿਣ ਡਿਆ ਕੋ। ਤੁਸੀਂ ਨਹੀਂ ਪਾਈਆਂ ਚੂੜੀਆਂ, ਕੀ ਗੱਲ ਤੁਹਾਨੂੰ ਪਸੰਦ ਨਹੀਂ ਆਈਆਂ? ਕਿਹੜੀਆਂ ਚੂੜੀਆਂ? ਚੂੜੀਆਂ ਮੈਂ ਪ੍ਰੀਤ ਲਈ ਲਿਆਂਦੀਆਂ ਸੀ, ਆ ਜਿਹੜੀਆਂ ਪ੍ਰੀਤ ਨੇ ਪਾਈਆਂ ਵਾ ਇਦਾਂ ਦੀਆਂ ਤੁਹਾਡੇ ਲਈ ਵੀ ਲਿਆਂਦੀਆਂ। ਪ੍ਰੀਤ ਦਿੱਤੀਆਂ ਨਹੀਂ ਭਾਬੀ ਆਪਣੀ ਚੂੜੀਆਂ? ਮੈਨੂੰ ਚੇਤਾ ਹੀ ਭੁੱਲ ਗਿਆ ਸੀਗਾ। ਚੱਲ ਹੁਣ ਤਾਂ ਚੇਤਾ ਆ ਗਿਆ, ਦੇ ਦੇ। ਪਿੱਛੇ ਪਈਆਂ ਵਾ, ਕਿਹੜਾ ਗਾੜੀ ਵਲੇਖ ਤੇ ਰੱਖਤੀਆਂ ਵਾ। ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਮੈਨੂੰ ਲੱਗਣ ਡਿਆ ਛੋਟੀਆਂ ਨੀ ਆਉਣੀਆਂ ਨੀ ਆ। ਤੈਨੂੰ ਪਹਿਲਾਂ ਪਤਾ ਲੱਗ ਗਿਆ ਛੋਟੀਆਂ ਵਾ?
ਉਦਾਂ ਮੈਂ ਤੇਰਾ ਹਿਸਾਬ ਲਾਇਆ ਬਹੁਤੀ ਮਾੜੀ ਨੀਤ ਦੀ ਆ ਜਦੋਂ ਅਗਲੇ ਲਈ ਲਿਆਂਦੀਆਂ ਵਾ ਉਹਨੂੰ ਆਉਣ ਚਾਹੇ ਨਾ ਆਉਣ ਤੇਰਾ ਫਰਜ਼ ਨਹੀਂ ਬਣਦਾ ਦੇਣ ਦਾ ਬੰਦੇ ਵਾਂਗੂ ਉਤਰ ਕੇ ਜਾ ਚੂੜੀਆਂ ਫੜਾ ਗਿਆ ਇੱਥੇ ਹੋਰ ਕਾ ਸੁਣੇਗੀ ਮੇਰੇ ਕੋਲ ਜਾ ਜਾ ਵੇਖੀ ਕੀ ਜਾਨੀ ਆ ਕੀ ਗੱਲ ਹੋ ਗਈ ਆ ਕੁਛ ਨੀ ਕੁਛ ਨੀ ਕੋਈ ਆ ਭਾਬੀ ਲਈ ਚੂੜੀਆਂ ਲਿਆਂਦੀਆਂ ਸੀ ਤੇ ਇਹਨੂੰ ਚੇਤਾ ਭੁੱਲ ਗਿਆ ਦੇਣ ਦਾ ਹੁਣ ਤੇਰੇ ਪਰਸ ਚੋਂ ਵੀ ਨਿਕਲ ਆਈਆਂ ਉਹਦਾ ਝੂਠ ਤੇ ਇੰਨਾ ਬੋਲਦੀ ਆ ਨਾ ਜਿਹੜਾ ਰਹੇ ਰੱਬ ਦਾ ਨਾਮ ਮੈਨੂੰ ਕੀ ਲੋੜ ਪਈ ਹੈ ਝੂਠ ਬੋਲਣ ਦੀ ਮੈਨੂੰ ਲੱਗਾ ਕਿ ਮੈਂ ਬੈਗ ਦੇ ਵਿੱਚ ਰੱਖੀਆਂ ਵਾ ਤੇ ਹੁਣ ਮੈਂ ਪਰਸ ਭੁੱਲ ਕੇ ਵੇਖਿਆ ਤੇ ਪਰਸ ਦੇ ਵਿੱਚ ਸੀ ਚੇਤਾ ਭੁੱਲ ਗਿਆ ਹੋਰ ਸਫਾਈਆਂ ਦੇ ਲਾ ਹੁਣ ਦੀ ਵੀ ਉਹਨੇ ਚੂੜੀਆਂ ਪਾਉਣੀਆਂ ਨਹੀਂ ਹੈਗੀਆਂ ਚੂੜੀਆਂ ਨਹੀਂ ਪਾਉਣੀਆਂ ਹੈਗੀਆਂ ਪਾਵੇ ਚਾਹੇ ਨਾ ਪਾਵੇ ਅਗਲਾ ਜਦੋਂ ਲੈ ਜਾਂਦੀਆਂ ਫਿਰ ਕੀ ਆ ਤੈਨੂੰ ਫੜਾਉਣ ਦੇ ਵਿੱਚ ਤੂੰ ਤੈ ਕਾਂਢੀ ਜਿੱਦਾਂ ਸੋਨੇ ਦੀਆਂ ਹੁੰਦੀਆਂ ਉਹੀ ਗੱਲ ਕਿ ਜਿਹੜੀਆਂ ਆਦਤਾਂ ਪਈਆਂ ਉਹ ਜਾਂਦੀਆਂ ਹੀ ਨਹੀਂ ਆ ਇਹਦਾ ਕੀ ਮਤਲਬ ਹੋਇਆ ਭਲਾ ਇਹਦਾ ਕੀ ਮਤਲਬ ਹੋਇਆ ਘਰ ਚੱਲ ਤੈਨੂੰ ਮੈਂ ਦੱਸਦਾ ਇਹਦਾ ਮਤਲਬ ਤਾਂ ਚੰਗੀ ਤਰ੍ਹਾਂ ਦੱਸਦਾ ਤੈਨੂੰ ਭਲਾਇਆ ਤੈਨੂੰ ਇੱਥੇ ਹੀਗਾ ਵਾ ਤੂੰ ਜਿਹੜੀ ਇੱਧਰ ਉੱਧਰ ਘੁੰਮਦੀ ਆ ਨਾ ਤੇਰਾ ਤਾਂ ਮੈਂ ਲਾਜ ਕਰਦਾ ਇੱਧਰ ਉੱਧਰ ਘੁੰਮਦੇ ਦਾ ਕੀ ਮਤਲਬ ਵੀ ਕਿ ਜਾਣ ਕੇ ਤੁਹਾਡਾ ਹਰਜੀ ਕਾਂਡਿਆ ਲੜਾਈ ਕਰਨ ਨੂੰ ਕੋਈ ਗੱਲ ਨਹੀਂ ਚੱਲ ਮੈਂ ਤੈਨੂੰ ਕਹਿਣ ਤੜਿਆ ਤੇਰਾ ਜਾ ਕੇ ਲਾਜ ਕਰਦਾ ਕੋਈ ਫਾਇਦਾ ਨਹੀਂ ਹੋਇਆ ਮੇਰੇ ਵੀਰ ਬਾਂਡੇ ਜਾਣ ਦਾ ਸਾਰੇ ਰਾਹ ਗੱਡੀ 'ਚ ਮੇਰੇ ਨਾਲ ਲੜਦੇ ਹੀ ਆਏ ਆ ਕਿ ਹਾਂ ਜਾ ਇਹ ਕਿਉਂ ਚੁੱਪ ਕਰਕੇ ਬੈਠੀ ਆ ਤੂੰ ਨਾ ਜਾਇਆ ਕਰ ਬਾਂਡੇ ਕਿਹੜਾ ਤੈਨੂੰ ਕਹਿੰਦਾ ਬਾਂਡੇ ਜਾਇਆ ਕਰ ਸਾਰੇ ਪਾਸੇ ਮੈਨੂੰ ਹੀ ਸਤਾਵਾ ਮੈਂ ਨਹੀਂ ਕਿਤੇ ਵੀ ਜਾਇਆ ਕਰਨਾ ਅੱਜ ਤੋਂ ਬਾਅਦ ਮੈਂ ਨਾ ਹੀ ਨਹੀਂ ਲੈਣਾ ਕਿਤੇ ਜਾਣ ਦਾ ਬਹੁਤ ਵਧੀਆ ਨਾ ਕਿਤੇ ਜਾਏਂਗੇ ਨਾ ਸਗੋਂ ਚੰਗੀ ਗੱਲ ਆ ਹੋਰ ਕੀ ਸਾਰੀ ਪਵਾੜੇ ਦੀ ਜੜ ਤੂੰ ਆ ਹੁਣ ਮੇਰੇ ਕੋਲ ਪੜਦੇ ਨਾ ਖਲਾਈ ਇੱਥੇ ਕੀ ਮੈਂ ਪਵਾੜੇ ਦੀ ਜੜ ਕੀ ਕਰ ਦਿੱਤਾ ਮੈਂ ਤੂੰ ਤਾਂ ਕੁਛ ਨਹੀਂ ਕੀਤਾ ਤੂੰ ਥੋੜਾ ਕੁਛ ਕਰਦੀ ਆ ਬਾਕੀ ਕਰਦੇ ਆ ਸਾਰਾ ਕੁਛ ਤੂੰ ਥੋੜਾ ਕੁਛ ਕਰਦੀ ਆ ਨਾ ਕੋਈ ਗੱਲ ਨਾ ਕੋਈ ਬਾਤ ਐਵੇਂ ਮੇਰੇ ਦਿਵਾਲੇ ਹੋ ਜਾਂਦੇ ਮੈਨੂੰ ਤੇ ਨਹੀਂ ਸਮਝ ਲੰਗਣ ਦੇ ਗੁੱਸਾ ਕਿਹੜਾ ਕੱਢਣ ਦੇ ਮੇਰੇ ਤੇ ਮੈਂ ਕੋਈ ਗੱਲ ਕੀਤੀ ਤੁਹਾਨੂੰ ਤੁਸੀਂ ਤਾਂ ਬੋਲ ਸਾਰਾ ਹੀ ਆ ਸਾਰਾ ਪਤਾ ਤੈਨੂੰ ਕੀ ਹੋਇਆ ਕੀ ਨਹੀਂ ਪੜਦੇ ਪਾਉਣੇ ਆ ਬਸ ਮਾਂ ਵਾਂਗੂ ਕਿ ਮੈਂ ਪੜਦੇ ਪਾਈ ਜਾਵਾਂ ਮੈਂ ਤੇ ਕੋਈ ਵੀ ਨਹੀਂ ਪੜਦਾ ਪਾਉਣ ਦੀ ਇਹ ਹੀ ਆ ਸਿਰਫ ਆ ਚੂੜੀਆਂ ਦਾ ਪੰਗਾ ਪਿਆ ਜੇ ਜਿਹੜੀਆਂ ਮੈਂ ਲਿਆਂਦੀਆਂ ਬਸ ਹੋਰ ਤੇ ਕੋਈ ਗੱਲ ਨਹੀਂ ਨਾ ਹੋਰ ਤੇ ਕੋਈ ਗੱਲ ਨਹੀਂ ਹੋਈ ਹੈਗੀ ਉਹ ਜਿਹੜਾ ਆਪਣੇ ਨਾਨਕੇ ਗਈ ਹੈ ਝੂਠ ਬੋਲ ਕੇ ਉੱਥੇ ਆਪਣੇ ਘਰ ਨਾਨਕੇ ਵੀ ਫਸਾਦ ਪਾ ਕੇ ਆਈਆਂ ਆਪਣੇ ਘਰ ਵੀ ਪਾਇਆ ਆ ਕੇ ਆਪਣੇ ਭਰਾ ਨਾਲ ਲੜੀ ਆ ਉਹ ਕੀ ਸੀ ਵਿੱਕੀ ਵੀਰ ਜੀ ਦਾ ਤੇ ਉਦਾਂ ਹੀ ਦਿਮਾਗ ਖਰਾਬ ਹੋ ਗਿਆ ਵਾ ਉਹ ਸੁਣਦਾ ਆਪਣੀ ਵੋਟੀ ਦੀ ਗੱਲ ਹਰੇਕ ਗੱਲ ਉਹਦੀ ਮੰਨਦਾ ਵਾ ਤੁਹਾਨੂੰ ਤੇ ਵਿੱਚ ਦੀ ਗੱਲ ਉਹਨੇ ਫਿਰ ਦੱਸੀ ਨਹੀਂ ਹੋਣੀ ਆਓ ਬਾਓ ਫਿਰ ਤੁਹਾਨੂੰ ਮੈਂ ਸਾਰੀ ਗੱਲ ਸਮਝਾਉਣੀ ਆ ਕਿ ਕੀ ਗੱਲ ਹੋਈ ਤੇ ਕੀ ਬਾਤ ਹੋਈ ਉਹ ਰਹਿਣ ਦੇ ਮੈਂ ਤੇਰੀਆਂ ਸੁਣੀਆਂ ਤੋਂ ਬਗੈਰ ਉਦਾਂ ਠੀਕ ਹੁਣ ਜੀ ਤੁਸੀਂ ਮੇਰੇ ਤੇ ਹੁਣ ਯਕੀਨ ਨਹੀਂ ਕਰਨਾਗਾ ਚਲ ਮੈਂ ਤੁਹਾਨੂੰ ਇੱਥੇ ਰੱਦ ਨਹੀਂ ਜੇ ਤੁਹਾਨੂੰ ਮੇਰੇ ਤੇ ਯਕੀਨ ਹੋਵੇ ਤੇ ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਆ ਜੋੜੇ ਤੇਰੇ ਗੜੀ ਦੋ ਹੱਥ ਰੱਬ ਦਾ ਵਾਸਤਾ ਤੂੰ ਰਹਿ ਨਹੀਂ ਦੇ ਤੇਰਾ ਜਿੰਨਾ ਕੁ ਸੱਚ ਆ ਨਾ ਉਹ ਮੈਨੂੰ ਪਤਾ ਹੈ ਜਿੰਨਾ ਕੁ ਤੂੰ ਸੱਚ ਮੈਨੂੰ ਸੁਣਾਉਣਾ ਆ ਖਿਸਕੇਚੀ ਆ ਤੇਰੀ ਅੱਗੇ ਮੇਰਾ ਦਿਮਾਗ ਖਰਾਬ ਹੋਣ ਡਿਆ ਇੰਨਾ ਮੈਂ ਸਫ਼ਰ ਕੀਤਾ ਸਿਰ ਪੀੜ ਹੋਣ ਡਈ ਆ ਉਧਰੋਂ ਮੈਂ ਤੇਰੀਆਂ ਸੁਣਾ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਗੱਲ ਹੋ ਗਈ ਬੜਾ ਵੱਡਿਆ ਸੀ ਮੈਂ ਇਹਨਾਂ ਦੋਵਾਂ ਜੀਆਂ ਨੂੰ ਕਿ ਕਿਤੇ ਉਹਦੇ ਸਾਹਮਣੇ ਕੋਈ ਨਾਣਾ ਲੈ ਦਿਓ ਪਰ ਨਹੀਂ ਇਹਨਾਂ ਦੋਵਾਂ ਜਾਣਿਆਂ ਦੀ ਤੇ ਜ਼ਬਾਨ ਮੂੰਹ ਦੇ ਵਿੱਚ ਪੈਂਦੀ ਨਹੀਂ ਹੈਗੀ ਪਤਾ ਨਹੀਂ ਕਾਹਦੀ ਜ਼ਬਾਨ ਲੱਗੀ ਹੈ ਇਹਨਾਂ ਦੀ ਸਿਆਪਾ ਪਾ ਕੇ ਰੱਖ ਦਿੱਤਾ ਮੇਰੇ ਭਾਰਾ ਫੇਰ ਹੁਣ ਜਿੰਨਾ ਤੱਕ ਇਹਨੇ ਪੜਾਸਣਾ ਨਾ ਸਾਰੀ ਕੱਢ ਲਈ ਮੈਨੂੰ ਜੀਣ ਥੋੜ੍ਹਾ ਦੇਣਾ ਇਸ ਘਰ ਦੇ ਵਿੱਚ ਆਨੇ ਬਾਨੇ ਨੇ ਹੁਣ ਲੜਾਈ ਕਰੀ ਜਾਣੀ ਆ ਮੰਮੀ ਨੂੰ ਫੋਨ ਲਾ ਕੇ ਦੱਸਦੀ ਹੈ ਨਾ ਕਿ ਸਿਆਪਾ ਹੋ ਗਿਆ ਜੇ ਉਹਨਾਂ ਦੋਵਾਂ ਜਾਣਿਆਂ ਦਾ ਫੇਰ ਕੁੜੀ ਤਾਂ ਹੁਣ ਚੱਲ ਗਈ ਆ ਇਹ ਜਿਹੜੀ ਜ਼ਿਆਦਾ ਮੱਛਰੀ ਫਿਰਦੀ ਹੈ ਨਾ ਇਹਨੂੰ ਮੈਂ ਮੱਤ ਦੇਣੀ ਆ ਫੋਨ ਲਾ ਕੇ ਹਾਏ ਹਾਏ ਫੋਨ ਹੀ ਨਹੀਂ ਚੁੱਕਣ ਡਈ ਹੈਗੀ ਤੂੰ ਜਿਹੜਾ ਫੋਨ ਹੀ ਨਾ ਚੁੱਕਣ ਡਈ ਤੈਨੂੰ ਵਟਸਐਪ 'ਤੇ ਨਾ ਮੈਂ ਰਿਕਾਰਡਾਂ ਭੇਜਣੀ ਆ ਉਹ ਤਾਂ ਤੂੰ ਸੁਣ ਹੀ ਲਏਂਗੀ ਨਾ ਕੋਈ ਨਹੀਂ ਪੁੱਤ ਤੇਰਾ ਇਲਾਜ ਤਾਂ ਮੈਂ ਕਰਨੀ ਆ ਨਾ
तू जरा मेरा फोन नहीं ना चुकन डई, हुण व्हाट्सएप ते सुन ला मेरे कोलो, जिहड़ी मां मेरी ते दुआले तू होई ना, चल जा चल जा इत्थों। ते इहनू क्या कहन डई आ, तू कमजाते आप जा हे घर चो, ये मेरी मां दा घर आ, ठीक है ना, सुन लिया ना। जिन्ना चिर उहदे साह चलदे ना उन्ना चिर इह घर चो नहीं उह निकल सकदी हैगी। तू घरों निकल जाए कि तैनू गुत्तो फड़ के बाहर कढ दांगे, पर उह नहीं निकलेगी। तू कौन है कहण वाली सानू कि इहनू इत्थों आण के लै जाओ? नहीं तेनू तो मैं टिच नहीं जानती, तू कौन होए? माँ तो मेरी इस घर की मालकन आ, तू तो ना तिना चो ना तेरह चो ना टोकरी दे बेरा चो। हम रिकॉर्डिंग तो सुनेगी ना कि अग लाई इन्हें साढ़े घर के, हम तेरे घर भी अग लगेगी, फिर तेन पता लगेगा।